ਹੌਕੀ ਇੰਡੀਆ ਨੇ ਸਾਬਕਾ ਖਿਡਾਰੀਆਂ ਸਮੇਤ ਕੋਚਿੰਗ ਕੈਰੀਅਰ ਬਣਾਉਣ ਦੇ ਚਾਹਵਾਨ ਵਿਅਕਤੀਆਂ ਦੇ ਲਈ ਕੋਚਿੰਗ ਲੈਵਲ ਬੇਸਿਕ ਕੋਰਸ ਸ਼ੁਰੂ ਕਰਨ ਦੀ ਘੋਸ਼ਣਾ ਕੀਤੀ ਹੈ। ਇਹ ਕੋਰਸ ਹੌਕੀ ਇੰਡੀਆ ਕੋਚਿੰਗ ਐਜੂਕੇਸ਼ਨ ਪਾਥਵੇ ਪ੍ਰੋਗਰਾਮ ਦਾ ਹਿੱਸਾ ਹੈ ਅਤੇ ਇਸ ਦਾ ਉਦੇਸ਼ ਚਾਹਵਾਨ ਕੋਚਾ ਨੂੰ ਵਿਕਸਿਤ ਅਤੇ ਸਿੱਖਿਅਤ ਕਰਨਾ ਹੈ ਜਿਸ ਨਾਲ ਭਾਰਤੀ ਹੌਕੀ ਫੈਡਰੇਸ਼ਨ ਪੱਧਰ ਦੇ ਕੋਚਿੰਗ ਕੋਰਸਾਂ ਵੱਲ ਵਧਣ ਲਈ ਇੱਕ ਮੰਚ ਪ੍ਰਦਾਨ ਕੀਤਾ ਜਾ ਸਕੇ। ਇਹ ਕੋਰਸ 24 ਤੋਂ 26 ਜੂਨ ਤੱਕ ਆਨਲਾਈਨ ਕਰਵਾਇਆ ਜਾਵੇਗਾ ਅਤੇ ਇਸ ਵਿੱਚ 5 ਬੈਚ ਸ਼ਾਮਿਲ ਹੋਣਗੇ ਹਰ ਇੱਕ ਪੈਚ ਵਿੱਚ 40 ਉਮੀਦਵਾਰ ਹੋਣਗੇ ਇਸ ਕੋਰਸ ਲਈ ਰਜਿਸਟ੍ਰੇਸ਼ਨ 15 ਮਈ ਤੋਂ ਸ਼ੁਰੂ ਹੋ ਗਈ ਹੈ ਜੋ 18 ਮਈ ਦੁਪਹਿਰ 3 ਵਜੇ ਤੱਕ ਕੀਤੀ ਜਾ ਸਕੇਗੀ